ਜਵਾਨੀ ਜਹਾਨ ਤੇ ਜ਼ੋਰ ਪਾ ਗਈ ਬੇਈਮਾਨੀ ਜਹਾਨ ਤੇ ਜ਼ੋਰ ਪਾ ਗਈ ਭਾਈ ਭਾਈਆਂ ਨਾਲ ਦਗਾ ਕਮਾ ਜਾਂਦੇ ਹੋਏ ਉੱਤੋਂ ਮਿੱਠੀਆਂ ਕਰਨ ਗੱਲਾਂ ਵਿੱਚੋਂ ਗੁੱਜੀਆਂ ਨੁਸ਼ਤਰਾ ਲਾ ਜਾਂਦੇ ਉਹ ਖਾਣ ਪੀਣ ਤੇ ਗੱਲ ਥੋੜੀ ਤੇ ਨੀਤ ਬਦਲਾ ਜਾਂਦੇ ਉਹ ਗੁਰਾਂ ਦੀ ਸੰਗਤ ਜੇ ਨਾ ਰੱਬ ਰਹੇ ਲੁਕਿਆ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਹੈ ਜਿਸ ਟਾਈਮ ਪੂਰਨ ਭਗਤ 12 ਸਾਲ ਭੋਰੇ ਦੇ ਵਿੱਚ ਰਹਿਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਪਿਤਾ ਦੇ ਕੋਲ ਪਹੁੰਚਿਆ ਆਪਣੀ ਮਾਂ ਤੋਂ ਆਸ਼ੀਰਵਾਦ ਲੈ ਕੇ ਈਸ਼ਰਾਂ ਤੋਂ ਰਾਜਾ ਸਲਵਾਨ ਨੂੰ ਜਾ ਕੇ ਮੱਥਾ ਟੇਕਿਆ ਨਮਸਕਾਰ ਕੀਤੀ ਰਾਜਾ ਸਲਵਾਨ ਕਹਿਣ ਲੱਗਾ ਵੀ ਆਪਣੀ ਛੋਟੀ ਮਾਂ ਨੂੰ ਜਾ ਕੇ ਨਮਸਕਾਰ ਕਰਕੇ ਆ ਕਹਿੰਦੇ ਪੂਰਨ ਆਪਣੇ ਪਿਤਾ ਦੇ ਕਹਿਣ 'ਤੇ ਆਪਣੀ ਛੋਟੀ ਮਾਂ ਲੂਣਾ ਦੇ ਮਹਿਲਾਂ ਵੱਲ ਨੂੰ ਤੁਰਿਆ ਜਦੋਂ ਜਾ ਕੇ ਲੂਣਾ ਦੇ ਮਹਿਲਾਂ 'ਚ ਦਾਖਲ ਹੋਇਆ ਅਤੇ ਲੂਣਾ ਨੇ ਜਦੋਂ ਪੂਰਨ ਭਗਤ ਦਾ ਚਿਹਰਾ ਵੇਖਿਆ ਸੁੰਦਰ ਸਰੀਰ ਵੇਖਿਆ ਹੁਸਨ 'ਤੇ ਡੋਲ ਗਈ ਆ ਆਪਣੇ ਹਾਣ ਪਰਿਵਾਰ ਨੂੰ ਵੇਖ ਕੇ ਗੁਰਮੁਖ ਕਹਿੰਦੇ ਜਦੋਂ ਜਾ ਕੇ ਮੱਥਾ ਟੇਕਣ ਲੱਗਾ ਏ ਪੂਰਨ ਭਗਤ ਅਤੇ ਲੂਣਾ ਪਿੱਛੇ ਹਟ ਗਈ ਹੈ ਕਹਿੰਦੀ ਤੂੰ ਮੇਰੇ ਹਾਣ ਪਰਿਵਾਰ ਹੈ ਮੈਂ ਤੇਰੀ ਮਾਂ ਕਿਵੇਂ ਹੋ ਸਕਦੀ ਹਾਂ ਆਪਾਂ ਦੋਵੇਂ ਆਪਸ ਵਿੱਚ ਸ਼ਾਦੀ ਕਰ ਲੈਂਦੇ ਹਾਂ ਅਤੇ ਰਾਜੇ ਦੇ ਜੋ ਮਹਿਲਾਂ ਦਾ ਮਾਲਕ ਤੂੰ ਬਣ ਜਾਣਾ ਏ ਅਤੇ ਮੈਂ ਤੇਰੀ ਮਹਾਰਾਣੀ ਬਣ ਜਾਵਾਂਗੀ ਅਤੇ ਆਪਣੀ ਦੋਹਾਂ ਦੀ ਆਪਾਂ ਸੇਜ ਆਪਾਂ ਮਨਾ ਲਈਏ ਗੁਰਮੁਖ ਤਾਂ ਅੱਗੋਂ ਫਿਰ ਪੂਰਨ ਭਗਤ ਮੋੜ ਕੇ ਕਹਿੰਦਾ ਕਹਿੰਦਾ ਤੂੰ ਮੇਰੀ ਮਾਂ ਏ ਧਰਮ ਦੀ ਇੱਦਾਂ ਕਦੇ ਹੋ ਹੀ ਨਹੀਂ ਸਕਦਾ ਪਰ ਲੂਣਾ ਨੇ ਜਦੋਂ ਜਿੱਦ ਫੜ ਲਈ ਹੈ ਤਾਂ ਪੂਰਨ ਭਗਤ ਕਹਿਣ ਲੱਗਾ ਵੀ ਇਸ ਟਾਈਮ ਦੇ ਵਿੱਚ ਇਸ ਯੁੱਗ ਦੇ ਵਿੱਚ ਇਹ ਗੱਲਾਂ ਨਹੀਂ ਹੋ ਸਕਦੀਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨੇਕਲੰਕੀ ਆਇਆ ਘੋਰ ਕਲਯੁੱਗ ਹੋਇਆ ਉਸ ਘੋਰ ਕਲਯੁੱਗ ਦੀਆਂ ਨੇਕਲੰਕੀ ਦੇ ਜਿਵੇਂ ਨਿਸ਼ਾਨੀਆਂ ਪੂਰਨ ਭਗਤ ਨੇ ਆਪਣੀ ਛੋਟੀ ਮਾਂ ਮਾਂ ਲੂਣਾ ਦੇ ਨਾਲ ਸਾਂਝੀਆਂ ਕੀਤੀਆਂ ਕਲੀ ਦੇ ਵਿੱਚ ਮਹਾਂਕਵੀ ਬਾਬੂ ਰਜਬ ਅਲੀ ਖਾਨ ਦੀ ਸਾਹੋ ਕੇ ਅੰਮ੍ਰਿਤਸਰ ਤੋਂ ਛੋਟੇ ਸ਼ਗਿਰਦ ਸੂਬੇਦਾਰ ਹੰਸ ਸਿੰਘ ਬਰਾੜ ਮਾਣੀ ਖੇੜੇ ਵਾਲੇ ਕਿਵਿਸ਼ਰੀ ਰਤਨ ਉਹਨਾਂ ਦੀ ਕਲਮ ਤੋਂ ਜਗਦੇਵ ਸਿੰਘ ਸਾਹੋਕੇ ਦੇ ਸਾਥੀ ਅਮਰਜੀਤ ਸਿੰਘ ਜੀ ਸਿੱਧੂ ਜਸਵਿੰਦਰ ਸਿੰਘ ਸਾਹੋਕੇ ਕੁਲਦੀਪ ਸਿੰਘ ਬੁੱਟੂ ਮਲਕੇ ਸਾਹੋ ਕਮਲ ਜਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ ਬਈ ਖੂਬ ਸਹਾਵਣ ਮਜਲਸਾ ਰਹੀ ਕਚਹਿਰੀ ਟੈਕ ਦਰਦ ਕਹਾਣੀ ਮੈਂ ਕਹਾ ਸੁਣਨ ਸਰੋਤੇ ਲੈ ਕਾ ਹੋ ਜਿਹੜੇ ਫੁਰਨੇ ਮਾਤਾ ਤੇਰੇ ਮਨ ਵਿੱਚ ਫੁਰਦੇ ਸ਼ਰਮ ਦੀ ਹੱਦ ਹੈ ਤੂੰ ਤੈਨੂੰ ਇਸ਼ਕ ਭੂਤਨ ਚਿੰਬੜ ਗਿਆ ਨਫਲ ਕੁੱਲ ਉਹ ਵੀ ਆਉਣਗੇ ਜਮਾਨੇ ਗੱਭਰੂ ਹੋ ਜੂ ਕਲ ਜੁਗ ਟਾਣੇ ਫੁੱਟਣ ਜਵਾਨੀ ਦੇ ਬੇਸ਼ਕ
ਛੱਡ ਕੇ ਰਿਸ਼ਤੇ ਲੋਕੀ ਪਾਲਣਗੇ ਯਾਰਾਨੇ ਦੱਸਦੇ ਦੋ ਵਰਿਆਂ ਦੀ ਕੰਨਿਆ ਬਾਲਕ ਜਰਮੂਗੀ ਸੱਚ ਅੱਖਾਂ ਦਾਦੀ ਵੀ ਵਰਿਆਂ ਦੀ ਵੰਡੂਗੀ ਨਜ਼ਰਾਨੇ ਉਹਦੀ ਹੀ ਸਾਲੀ ਚਿੱਠੀਆਂ ਪਜੂ ਪੈਜੂ ਰਜਨੀ ਝੂਠ ਕੀ ਬੇਅਨਸਾਫੀ ਨਿਆਣੂ ਕਲ ਤੂੰ ਦੇਸ਼ ਬਗਾਨੇ ਸੋਣ ਮਹੀਨੇ ਮੀਂਹ ਦੀ ਮੂਦ ਗਰੂ ਨਾ ਅੰਬਰ ਤੋਂ ਕਾਲ ਦੁਰੰਦ ਪੈਣਗੇ ਖਾਲੀ ਹੋਣ ਖਜਾਨੇ ਪਗਵੇਂ ਕੱਪੜੇ ਪਾ ਕੇ ਸਾਧ ਗਰਸਤੀ ਹੋ ਪੂਰਨ ਦੇ ਅਫਸਾਨੇ ਕਰੇ ਬਿਆਨ ਜਨਾ ਵਿੱਚ ਪੂਰਨ ਦੇ